ਪੰਜਾਬੀ ਆਰ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਨਵੀਂ ਆਉਣ ਜਾ ਰਹੀ ਪੰਜਾਬੀ ਫਿਲਮ ਬੂ ਮੈਂ ਡਰ ਗਈ ਬਾਰੇ। ਜੀ ਹਾਂ ਦੋਸਤੋ, ਬੂ ਮੈਂ ਡਰ ਗਈ ਪੰਜਾਬੀ ਫਿਲਮ ਲੋਕਾਂ ਦਾ ਖੂਬ ਮਨੋਰੰਜਨ ਕਰਨ ਵਾਲੀ ਹੈ, ਕਿਉਂਕਿ ਇਹ ਫਿਲਮ ਹਸਾਉਣ ਦੇ ਨਾਲ ਨਾਲ ਸਾਨੂੰ ਡਰਾਏਗੀ ਵੀ। ਜੇਕਰ ਖਬਰਾਂ ਦੀ ਮੰਨੀਏ ਤਾਂ ਇਸ ਫਿਲਮ ਦੀ ਸ਼ੂਟਿੰਗ ਹਰਿਆਣਾ ਅਤੇ ਹਿਮਾਚਲ ਦੀਆਂ ਅਜਿਹੀਆਂ ਲੋਕੇਸ਼ਨਾਂ 'ਤੇ ਕੀਤੀ ਜਾ ਰਹੀ ਹੈ ਜੋ ਕਿ ਦੇਸ਼ ਭਰ ਦੀਆਂ ਸਭ ਤੋਂ ਡਰਾਵਣੀਆਂ ਥਾਵਾਂ ਦੇ ਵਿੱਚੋਂ ਇੱਕ ਨੇ, ਜਿੱਥੇ ਲੋਕ ਦਿਨੇ ਜਾਣ ਤੋਂ ਵੀ ਕਤਰਾਉਂਦੇ ਨੇ। ਜੇਕਰ ਇਸ ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਫਿਲਮ ਇੱਕ ਪਿੰਡ ਦੀ ਕਹਾਣੀ ਹੈ। ਪਿੰਡ 'ਚ ਰਹਿੰਦੇ ਲੋਕਾਂ ਨੂੰ ਕੀ ਮੁਸ਼ਕਲਾਂ ਆਉਂਦੀਆਂ ਨੇ ਅਤੇ ਉਹਨਾਂ ਮੁਸ਼ਕਲਾਂ ਨੂੰ ਨਜਿੱਠਣ ਲਈ ਉਹ ਕੀ ਪਾਪੜ ਵੇਲਦੇ ਨੇ, ਇਹ ਸਾਲੇ ਦੁਆਰੇ ਇਹ ਕਹਾਣੀ ਜਿਹੜੀ ਹੈ ਉਹ ਘੁੰਮੇਗੀ। ਇਸ ਕਹਾਣੀ ਨੂੰ ਲਿਖਿਆ ਰਾਜੂ ਵਰਮਾ ਨੇ ਅਤੇ ਉਹਨਾਂ ਨੇ ਇਸ ਕਹਾਣੀ ਦੇ ਵਿੱਚ ਕੋਮੇਡੀ ਦੇ ਨਾਲ ਨਾਲ ਹੋਰਰ ਦਾ ਤੜਕਾ ਵੀ ਲਾਇਆ, ਅਤੇ ਇਹੀ ਤੜਕਾ ਇਸ ਫਿਲਮ ਨੂੰ ਦੂਸਰੀਆਂ ਫਿਲਮਾਂ ਨਾਲੋਂ ਵੱਖਰਾ ਕਰਦਾ, ਅਤੇ ਇਹੀ ਵੱਖਰਾਪਣ ਜਿਹੜਾ ਉਹ ਦਰਸ਼ਕਾਂ ਲਈ ਮਨੋਰੰਜਨ ਦਾ ਸਾਧਨ ਬਣੇਗਾ। ਜੇਕਰ ਇਸ ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਫਿਲਮ ਦੇ ਵਿੱਚ ਅਦਾਕਾਰ ਅਤੇ ਗਾਇਕ ਰੋਸ਼ਨ ਪ੍ਰਿੰਸ ਨਜ਼ਰ ਆ ਰਹੇ ਨੇ ਅਤੇ ਉਹਨਾਂ ਦੇ ਨਾਲ ਮੁੱਖ ਭੂਮਿਕਾ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਣਗੇ ਇਸ਼ਾ ਰਿਸ਼ੀ ਜੀ, ਅਤੇ ਉਹਨਾਂ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਯੋਗਰਾਜ ਸਿੰਘ, BN ਸ਼ਰਮਾ, ਪ੍ਰਕਾਸ਼ ਗਾਦੂ, ਹਰਬੀ ਸੰਘਾ ਵੀ ਸਾਡਾ ਮਨੋਰੰਜਨ ਕਰਨਗੇ। ਤੁਹਾਨੂੰ ਇਸ ਫਿਲਮ ਦੀ ਕਿੰਨੀ ਕੁ ਵੇਟ ਹੈ, ਕਿੰਨਾ ਕੁ ਇੰਤਜ਼ਾਰ ਹੈ, ਤੁਸੀਂ ਵੀਡੀਓ ਥੱਲੇ ਕਮੈਂਟ ਕਰਕੇ ਆਪਣੀ ਰਾਏ ਸਾਨੂੰ ਜ਼ਰੂਰ ਦਿਓ ਅਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।